ਪਹਿਲਾਂ ਕੀਤੀ ਚੋਰੀ ਤੇ ਫਿਰ ਟੇਕਿਆ ਮੱਥਾ, ਕੰਧ 'ਚ ਸੰਨ ਲਗਾ ਕੇ ਦੋ ਦੁਕਾਨਾਂ ਦੇ ਗੱਲੇ ਕਰਤੇ ਖਾਲੀ। ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਏ ਚੋਰ। ਤਾਂ ਦੱਸਦੇ ਕਿ ਚੋਰਾਂ ਦੇ ਵੱਲੋਂ ਵੱਡੀ ਵਾਰਦਾਤ ਕੀਤੀ ਗਈ ਹੈ, ਜਿੱਥੇ ਉਹਨਾਂ ਦੇ ਵੱਲੋਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਤਾਂ ਇਹਨਾਂ ਦੇ ਵੱਲੋਂ ਦੁਕਾਨਾਂ ਦੇ ਅੰਦਰ ਦਾਖਲ ਹੋ ਕੇ ਉੱਥੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਚੋਰ ਕੈਦ ਹੋਏ ਨੇ, ਜਿੱਥੇ ਪਹਿਲਾਂ ਇਹਨਾਂ ਦੇ ਵੱਲੋਂ ਚੋਰੀ ਕੀਤੀ ਗਈ ਤੇ ਫਿਰ ਮੌਕੇ ਤੇ ਇਹਨਾਂ ਦੇ ਵੱਲੋਂ ਮੱਥਾ ਵੀ ਟੇਕਿਆ ਗਿਆ, ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦਾ। ਤਾਂ ਜਿਵੇਂ ਹੀ ਦੁਕਾਨਦਾਰਾਂ ਨੂੰ ਚੋਰੀ ਦੀ ਵਾਰਦਾਤ ਦਾ ਪਤਾ ਲੱਗਦਾ ਤਾਂ ਉਹਨਾਂ ਦੇ ਵੱਲੋਂ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਜਾਂਦਾ। ਤਾਂ ਦੱਸ ਦਈਏ ਕਿ ਦੋ ਦੁਕਾਨਾਂ ਦੇ ਵਿੱਚ ਬਿਲਕੁਲ ਸੇਮ ਪੈਟਰਨ ਦੇ ਨਾਲ ਇਹਨਾਂ ਚੋਰਾਂ ਦੇ ਵੱਲੋਂ ਵਾਰਦਾਤ ਕੀਤੀ ਜਾਂਦੀ ਹੈ। ਤਾਂ ਦੱਸ ਦਈਏ ਕਿ ਇਹਨਾਂ ਦੇ ਵੱਲੋਂ ਪਹਿਲਾਂ ਕੰਧ ਦੇ ਵਿੱਚ ਸੰਨ ਲਗਾਈ ਗਈ ਤੇ ਫਿਰ ਤੀਸਰੀ ਮੰਜ਼ਿਲ ਤੋਂ ਹੇਠਾਂ ਪਹਿਲੀ ਮੰਜ਼ਿਲ ਤੇ ਆਉਂਦੇ ਨੇ ਤੇ ਉੱਥੇ ਇਹਨਾਂ ਦੇ ਵੱਲੋਂ ਚੋਰੀ ਕੀਤੀ ਜਾਂਦੀ ਹੈ। ਤਾਂ ਗੱਲੇ ਦੇ ਵਿੱਚ ਪਈ ਸਾਰੀ ਨਗਦੀ ਕੱਢ ਲਈ ਜਾਂਦੀ ਹੈ ਤੇ ਫਿਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਇੱਕ ਵਾਰ ਦੇ ਵਿੱਚ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਚੋਰਾਂ ਨੇ ਤੇ ਫਿਰ ਇਹ ਫਰਾਰ ਹੋ ਗਏ। ਤਾਂ ਮਾਮਲਾ ਹੁਣ ਪੁਲਿਸ ਦੇ ਕੋਲ ਪਹੁੰਚ ਚੁੱਕਿਆ। ਪੁਲਿਸ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਹੁਣ ਚੋਰਾਂ ਦੀ ਭਾਲ ਕਰ ਰਹੀ ਹੈ। ਤਾਂ ਦੱਸ ਦਈਏ ਕਿ ਚੋਰੀ ਦੀ ਵਾਰਦਾਤ ਲੁਧਿਆਣੇ ਦੇ ਵਿੱਚ ਵਾਪਰੀ ਹੈ, ਜਿੱਥੇ ਚੋਰੀ ਤੋਂ ਬਾਅਦ ਵਪਾਰੀਆਂ ਦੇ ਵਿੱਚ ਰੋਸ ਦਾ ਮਾਹੌਲ ਹੈ। ਮਾਛੀਵਾੜਾ ਜੀ, ਅਤੇ ਮੇਰੀ ਦੁਕਾਨ ਦਾ ਨਾਮ ਹੈ ਦਸ਼ਮੇਸ਼ ਸਿਲਕ ਸਟੋਰ ਮਾਛੀਵਾੜੇ ਵਾਲੇ। ਅੱਜ ਮੈਂ ਜੋ ਦੁਕਾਨ 'ਤੇ ਆਇਆ ਵਾਂ ਸਵੇਰੇ, ਅਤੇ ਉੱਪਰਲੇ ਜਦੋਂ ਮੈਂ ਮੁੰਡਾ ਭੇਜਿਆ ਸਫਾਈ ਕਰਨ ਵਾਸਤੇ, ਉਹਨੇ ਜੋ ਦੇਖਿਆ ਵਾ ਤਾਂ ਇੱਕ ਤਾਂ ਗੱਲੇ ਵੀ ਖੁੱਲ੍ਹੇ ਹੋਏ ਸੀ ਸਾਡੀ ਦੁਕਾਨ ਦੇ, ਅਤੇ ਨਾਲ ਦੀ ਨਾਲ ਉੱਪਰੋਂ ਦੀ ਕੰਧਾਂ ਵੀ ਤੋੜੀਆਂ ਪਈਆਂ ਨੇ ਸਾਡੀ ਦੁਕਾਨ ਦੀ ਵੀ ਅਤੇ ਨਾਲ ਦੀ ਦੁਕਾਨ ਦੀ ਵੀ। ਅਤੇ ਤਿੰਨ ਕੁ ਬੰਦੇ ਸੀਗੇ, ਜਿਹਦੇ 'ਚੋਂ ਇੱਕ ਦੀ ਫੋਟੋ ਕਲੀਅਰ ਆ ਗਈ ਹੈ ਕੈਮਰੇ ਦੇ ਵਿੱਚ, ਅਤੇ ਜੋ ਪਤਾ ਲੱਗਿਆ ਸਾਨੂੰ ਖਜੂਰ ਚੌਂਕ ਦਾ ਰਹਿਣ ਵਾਲਾ ਵਾ ਮੁੰਡਾ। ਨਹੀਂ, ਪੁਲਿਸ ਨੂੰ ਹਜੇ ਅਸੀਂ ਦੱਸਾਂਗੇ ਕਿ ਇਹ ਖਜੂਰ ਚੌਂਕ ਵਾਲੇ ਪਾਸੇ ਦਾ ਹੈਗਾ ਬੰਦਾ, ਕਿ ਟਰੇਸ ਕਰੋ ਤੁਸੀਂ। ਪਤਾ ਨਹੀਂ, ਕੋਤਵਾਲੀ ਵੀ ਸਾਡੇ ਨੇੜੇ ਹੈ, 100 ਮੀਟਰ ਦੀ ਦੂਰੀ 'ਤੇ ਕੋਤਵਾਲੀ ਹੈ, ਅਤੇ ਕੋਈ ਸਮਝ ਨਹੀਂ ਆ ਰਹੀ ਵੀ ਇੱਥੇ ਕੋਈ ਜ਼ਿਆਦਾ ਪੁਲਿਸ ਵੱਲੋਂ ਅਣਗਹਿਲੀ ਹੈ ਜਾਂ ਕੋਈ ਸਮਝ ਨਹੀਂ ਆ ਰਹੀ। ਇੱਥੇ ਡਰ ਨਹੀਂ ਰਿਹਾ ਚੋਰਾਂ ਦੇ ਵਿੱਚ, ਨਾਲੇ ਪਿੱਛੇ ਸਾਰੀ ਹੋਟਲ ਲਾਈਨ ਹੀ ਹੈ ਸਾਡੇ, ਬੈਕ ਸਾਈਡ 'ਤੇ ਹੋਟਲ ਵੀ ਚੱਲਦੇ ਨੇ 24 ਘੰਟੇ। ਅਸੀਂ ਕਹਿੰਦੇ ਹਾਂ ਬੰਦੇ ਨੂੰ ਫੜੋ ਅਤੇ ਸਾਡੀ ਪੈਸੇ ਦੀ ਰਿਕਵਰੀ ਦਿਓ, ਅੱਗੇ ਮੰਦਾ ਬਹੁਤ ਚੱਲਦਾ ਪਿਆ, ਮੰਦਾ ਬਹੁਤ ਅੱਗੇ। ਹਾਂਜੀ ਹਾਂਜੀ, ਜੇ ਪੈਸੇ ਵੱਧ ਪਏ ਹੁੰਦੇ ਤਾਂ ਸਾਰੇ ਲੈ ਜਾਣੇ ਸੀ ਉਹਨਾਂ ਨੇ। ਮੈਂ ਦਿਨੇਸ਼ ਕੁਮਾਰ ਗੱਲ ਕਰ ਰਿਹਾ ਜੀ, ਆਪਣਾ ਚੌੜਾ ਬਾਜ਼ਾਰ ਦੇ ਵਿੱਚ ਆਪਣੀ ਦੁਕਾਨ ਹੈ ਜੀ। ਇਹ ਰਾਤ 1:23 ਦੀ ਗੱਲ ਹੈ ਜੀ। ਦੁਕਾਨ ਦੇ ਉੱਪਰ ਉਹਦੀ ਤੀਸਰੀ ਮੰਜ਼ਿਲ ਦੇ ਵਿੱਚੋਂ ਮੋਂਟੀ ਨੂੰ ਤੋੜ ਕੇ, ਮੋਂਟੀ ਦੀ ਦੀਵਾਰ ਨੂੰ ਤੋੜ ਕੇ ਇਹਦੇ 'ਚ ਦਾਖਲ ਹੋਏ ਹੈ। 3 ਮੰਜ਼ਿਲ ਨੀਚੇ ਉੱਤਰ ਕੇ ਗੱਲੇ ਵਿੱਚੋਂ ਪੈਸੇ ਕੱਢ ਕੇ ਲੈ ਕੇ ਗਏ ਜੀ ਇਹ। ਪੱਕੇ ਪ੍ਰੋਫੈਸ਼ਨਲ ਚੋਰ ਹੈ, ਕਿਉਂਕਿ ਜਿਸ ਤਰੀਕੇ ਨਾਲ ਮੋਹਰਾ ਕਰਕੇ ਨੀਚੇ ਉੱਤਰੇ ਗਏ ਹੈ, ਉਸ ਤੋਂ ਬਾਅਦ ਉੱਪਰ ਚੜ੍ਹਨਾ ਬਹੁਤ ਮੁਸ਼ਕਿਲ ਹੈ, ਪਰ ਫਿਰ ਵੀ ਇਹਨਾਂ ਦੇ ਹੌਸਲੇ ਇੰਨੇ ਬੁਲੰਦ ਹੈ ਕਿ ਨੀਚੋਂ ਦੋ ਦੁਕਾਨਾਂ ਦੀ ਇਕੱਠੀਆਂ ਸੇਮ ਸਿਸਟਮ ਦੇ ਨਾਲ ਦੋਨਾਂ ਮੁੰਡਿਆਂ ਨੂੰ ਤੋੜ ਕੇ ਪੈਸੇ ਕੱਢ ਕੇ ਲੈ ਕੇ ਗਏ ਜੀ। ਹਾਂਜੀ ਹਾਂਜੀ, ਬਿਲਕੁਲ ਉਹੀ ਤੁਹਾਨੂੰ ਅਸੀਂ ਵੀਡੀਓ 'ਚ ਵੀ ਦੇਖਿਆ, ਤੁਹਾਨੂੰ ਅਸੀਂ ਦਿਖਾਈ ਹੈਗੀ ਹੈ, ਅਸੀਂ ਤੁਹਾਨੂੰ ਤੋੜੀਆਂ ਕੰਧਾਂ ਵੀ ਦਿਖਾਈਆਂ ਸੀ ਸਾਡੇ ਕੈਮਰੇ ਦੇ 'ਚ। ਪ੍ਰੋਪਰ ਕਲੀਅਰ ਫੋਟੋ ਹੈਗੀ ਜੀ ਇੱਕ ਬੰਦੇ ਦੀ। ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਕਿ ਇਹਦਾ ਦੇ ਬੰਦਿਆਂ ਨੂੰ ਆਇਡੈਂਟੀਫਾਈ ਕਰਕੇ ਇਹਨਾਂ ਨੂੰ ਪਕੜਿਆ ਜਾਵੇ, ਕਿਉਂਕਿ ਅੱਗੇ ਤੋਂ ਦੇਖੋ ਜੇ ਚੌੜੇ ਬਾਜ਼ਾਰ ਦੇ ਵਿੱਚ ਚੋਰੀ ਹੋ ਸਕਦੀ ਹੈ, ਦੇ ਚੌੜੇ ਵੀ ਆ ਕੇ ਬਿਲਡਿੰਗਾਂ ਤੋੜ ਕੇ ਇਹਦਾ ਪੈਸੇ ਕੱਢ ਕੇ ਲੈ ਕੇ ਜਾ ਸਕਦੇ ਹਾਂ, ਤਾਂ ਜੇ ਏਰੀਆ ਸੇਫ ਨਹੀਂ ਹੈਗਾ ਤਾਂ ਫਿਰ ਕਿਹੜਾ ਏਰੀਆ? ਇੱਥੇ ਤਾਂ ਹਰ ਟਾਈਮ ਹੀ 24 ਘੰਟੇ ਚੱਲਦੇ ਆ ਜੀ, ਰਾਤ ਵੀ ਇਹ ਰੁਕਦਾ ਨਹੀਂ ਹੈਗਾ। ਤਾਂ ਪ੍ਰਸ਼ਾਸਨ ਨੂੰ ਚਾਹੀਦਾ, ਅਸੀਂ ਮੰਗ ਇਹੀ ਕਰਦੇ ਹਾਂ ਕਿ ਬੰਦੇ ਨੂੰ ਆਇਡੈਂਟੀਫਾਈ ਕਰਨ, ਪਲੀਜ਼ ਇਹਦਾ ਬੰਦੇ ਨੂੰ ਕੈਪਚਰ ਕਰਨ, ਔਰ ਅੱਗੇ ਤੋਂ ਸਾਡਾ ਬਾਜ਼ਾਰ ਸੇਫ ਰਹੇ। ਸਾਡੇ ਬਾਜ਼ਾਰ ਦੇ ਵਿੱਚ ਜੁਐਲਰੀ ਬਾਜ਼ਾਰ ਵੀ ਹੈ,
ਗੋਲਡ ਦਾ ਬਾਜ਼ਾਰ ਵੀ ਹੈ, ਵੱਡੇ ਵੱਡੇ ਹੋਲਸੇਲਰ ਬੈਠੇ ਆ, ਤਾਂ ਸਾਡੀ ਪ੍ਰਸ਼ਾਸਨ ਇਹੀ ਮੰਗ ਹੈ। ਹਾਂਜੀ, ਪੁਲਿਸ ਨੇ ਅਸੀਂ ਰਿਪੋਰਟ ਦੇ ਦਿੱਤੀ ਹੈ, ਆਏ ਸੀ ਡੇਢ ਦੋ ਘੰਟੇ, ਉਹਨਾਂ ਨੇ ਸਾਡੇ ਨਾਲ ਰਿਕਾਰਡਿੰਗ ਵਗੈਰਾ ਵੀ ਚੈੱਕ ਕੀਤੀ ਹੈ, ਅਤੇ ਅਸੀਂ ਆਪਣੇ ਵੱਲੋਂ ਜਾਣ ਕਿ ਜੋ ਕੰਮ ਸੀਗੇ ਬੰਦੇ ਦੀ ਆ ਕਿ ਆਈਡੈਂਟੀਫਾਈ ਪ੍ਰੋਪਰ, ਉਹਦਾ ਚਿਹਰਾ ਸਾਫ਼ ਨਜ਼ਰ ਆ ਰਿਹਾ ਜੀ।